Hey guys, this is another weekend take ਹੋਰ ਪੰਜਾਬੀ ਫਿਲਮ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਜਿਸ ਦਾ ਨਾਮ ਹੈ ਸ਼ਾਇਰ। ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਸਟਾਰਰ ਇਸ ਮੂਵੀ ਦਾ ਦਰਸ਼ਕਾਂ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਤੇ ਫਾਈਨਲੀ ਅੱਜ ਯਾਨੀ ਕਿ 19 ਅਪ੍ਰੈਲ ਨੂੰ ਇਹ ਫਿਲਮ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੇ ਲਈ ਸ਼ਾਇਦ ਸ਼ਬਦ ਥੋੜੇ ਘੱਟ ਪੈ ਜਾਣ ਕਿਉਂਕਿ ਜਦ ਫਿਲਮ ਖਤਮ ਹੋਈ ਹਰ ਇਨਸਾਨ ਦੀਆਂ ਅੱਖਾਂ ਨਮ ਸੀ, ਹਰ ਕੋਈ ਬੇਹੱਦ ਇਮੋਸ਼ਨਲ ਸੀ ਕਿਉਂਕਿ ਇਸ ਕਿਊਟ ਜਿਹੀ ਲਵ ਸਟੋਰੀ ਨੇ ਸਾਰਿਆਂ ਨੂੰ ਰਵਾ ਦਿੱਤਾ। ਇਹਨਾਂ ਨੇ ਤੁਹਾਨੂੰ ਇਹ ਵੀ ਦੱਸ ਦੇ ਕਿ ਇਸ ਫਿਲਮ ਨੂੰ ਜਗਦੀਪ ਸਿੰਘ ਵੜਿੰਗ ਵੱਲੋਂ ਬਖੂਬੀ ਲਿਖਿਆ ਗਿਆ ਹੈ ਤੇ ਉਹਨਾਂ ਦੀ ਕਲਮ ਨੂੰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਉਹਦੇ ਪ੍ਰਤਾਪ ਨੇ ਡਾਇਰੈਕਟ ਕੀਤਾ। ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਜੱਜ ਸਕਰੀਨ ਤੇ ਆਏਗੀ, ਤੁਹਾਡੇ ਮੂੰਹ ਦੇ ਵਿੱਚੋਂ ਸਿਰਫ ਵਾਹ ਵਾਹ ਹੀ ਨਿਕਲੇਗੀ ਕਿਉਂਕਿ ਇਸ ਜੋੜੀ ਨੇ ਆਲਰੇਡੀ ਕਲੀ ਚੋਟਾ ਫਿਲਮ ਦੇ ਰਾਹੀਂ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਹਨਾਂ ਦੀ ਕੈਮਿਸਟਰੀ ਇੰਨੀ ਕੁ ਜ਼ਿਆਦਾ ਬਾਕਮਾਲ ਹੈ ਕਿ ਹਰ ਕੋਈ ਇਹਨਾਂ ਨੂੰ ਬਾਰ ਬਾਰ ਸਕਰੀਨ ਤੇ ਦੇਖਣਾ ਪਸੰਦ ਕਰਦਾ ਹੈ ਤੇ ਫਿਲਮ ਸ਼ਾਇਰ ਰਾਹੀਂ ਇਹਨਾਂ ਨੇ ਇੱਕ ਵਾਰੀ ਫਿਰ ਤੋਂ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਇਸ ਫਿਲਮ ਨੂੰ ਦੇਖਣ ਤੋਂ ਬਾਅਦ ਤੁਸੀਂ ਜ਼ਰੂਰ ਕਹੋਗੇ ਕਿ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਨੰਬਰ 1 ਜੋੜੀ ਹੈ। ਇੱਕ ਆਮ ਇਨਸਾਨ ਕਿਸ ਤਰ੍ਹਾਂ ਸੀਰੋ ਦੇ ਨਾਲ ਜਦ ਪਿਆਰ ਕਰਦਾ ਹੈ ਤੇ ਉਹ ਕਿਸ ਤਰ੍ਹਾਂ ਇੱਕ ਫੇਮਸ ਸ਼ਾਇਰ ਬਣ ਜਾਂਦਾ ਹੈ, ਉਸਦੀ ਸਫ਼ਰ ਦੀ ਕਹਾਣੀ ਹੈ। ਵੈਲ ਤੁਸੀਂ ਵੀ ਦੇਖੋ ਆਪਣੇ ਨੇੜਲੇ ਸਿਨੇਮਾਘਰਾਂ ਦੇ ਵਿੱਚ ਇਹ ਫਿਲਮ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝਾ ਕਰੋ।